ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਭੁੱਲੇ ਭਟਕੇ ਹੋਏ ਲੋਕਾਂ ਨੂੰ ਸੱਚ ਦੇ ਮਾਰਗ ਤੇ ਚੱਲਣ ਦੀ ਯੋਗਤ 10 ਜਾਮੇ ਧਾਰਨ ਕਰਕੇ ਦੱਸੀ। ਗੁਰੂ ਸਹਿਬਾਨਾਂ ਦੇ ਸਰੂਪ 10 ਹੋਏ ਨੇ ਪਰ ਜੋਤ ਤੇ ਜੁਗਤ ਇੱਕੋ ਹੀ ਰਹੀ ਹੈ। ਗੁਰਬਾਣੀ ਦਾ ਫਰਮਾਨ ਹੈ, ਜੋਤ ਓਹਾ ਜੁਗਤ ਸਾਏ ਸਹਿਕਾਇਆ ਫੇਰ ਪਲਟੀਐ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ 10 ਗੁਰੂਆਂ ਦੀ ਜੋਤ ਨੇ ਇੱਕ ਪੰਜਾਬੀ ਦੇ ਸ਼ਾਇਰ ਨੇ ਠੀਕ ਲਿਖਿਆ ਕਿ ਤੁਰਕੀ ਬਾਣੀ ਦੇ ਗੁਰੂ ਗ੍ਰੰਥ ਅੰਦਰ 10 ਗੁਰੂਆਂ ਦੀ ਬੋਲਦੀ ਆਤਮਾ ਏ। ਜੇਕਰ ਅੰਦਰਲੀ ਅੱਖ ਦੇ ਨਾਲ ਤੱਕੀਏ ਦਿਸਦਾ ਇਸ ਦੇ ਵਿੱਚੋਂ ਪਰਮਾਤਮਾ ਏ। ਨਨਕਾਣਾ ਸਾਹਿਬ ਖਾਸ ਸਿੱਖ ਕੌਮ ਦਾ ਨਿਵਾਸ, ਨਨਕਾਣਾ ਸਾਹਿਬ ਖਾਸ ਸਿੱਖ ਕੌਮ ਦਾ ਨਿਵਾਸ, ਹਾਮੀ ਦੇਵੇ ਇਤਿਹਾਸ। ਸਨ 1469 'ਚ ਸ਼ੁਰੂਆਤ ਸੀ ਬੂਟੇ ਸਿੱਖੀ ਦੇ ਦੀ, ਸਿੱਖੀ ਦੇ ਦੀ ਨਾਨਕ ਦੀ ਪਹਿਲੀ ਸ਼ਾਖ ਸੀ, ਸਿੱਖੀ ਦੇ ਦੀ ਨਾਨਕ ਦੀ ਪਹਿਲੀ ਸ਼ਾਖ ਸੀ, ਬੂਟੇ ਸਿੱਖੀ ਦੇ ਦੀ ਨਾਨਕ ਦੀ ਪਹਿਲੀ ਸ਼ਾਖ ਸੀ। ਦਸ ਕੌਮ ਨਾਨਾ ਕੌਮ ਲਈ ਕੋਈ ਆਮ ਖਾਸ ਜੀ, ਤੀਜੀ ਪਾਤਸ਼ਾਹੀ ਪਾਤਸ਼ਾਹ ਰਾਜਿਆ ਅਮਰਦਾਸ ਜੀ, ਪਾਤਸ਼ਾਹ ਰਾਜਿਆ ਅਮਰਦਾਸ ਜੀ, ਤੀਜੀ ਪਾਤਸ਼ਾਹੀ ਰਾਜਿਆ ਅਮਰਦਾਸ ਜੀ। ਮੰਦਰ ਦੀ ਆਪ ਕੀਤੀ ਸ਼ੁਰੂਆਤ ਸੀ, ਮੰਦਰ ਦੀ ਆਪ ਕੀਤੀ ਸ਼ੁਰੂਆਤ ਸੀ, ਤਤੀ ਤਵੀ ਤੇ ਵਿਛਾਈ ਜਿਵੇਂ ਬੈਠੇ ਸੇਜ ਸੀ ਫਿਰ ਪਾਤਸ਼ਾਹੀ ਪਾਤਸ਼ਾਹ ਰਾਜੇ ਅਰਜਣ ਦੇਵ ਜੀ, ਪਾਤਸ਼ਾਹ ਰਾਜੇ ਅਰਜਣ ਦੇਵ ਜੀ, ਫਿਰ ਪਾਤਸ਼ਾਹੀ ਰਾਜੇ ਅਰਜਣ ਦੇਵ ਜੀ। ਫੁੱਲ ਹਰ ਗੱਲ ਕੌਮ ਦੀ ਤੇ ਗੁਰਾ ਪਾਏ ਸੀ ਫਿਰ ਪਾਤਸ਼ਾਹੀ ਪਾਤਸ਼ਾਹ ਰਾਜੇ ਗੁਰੂ ਹਰ ਰਾਏ ਜੀ, ਪਾਤਸ਼ਾਹ ਰਾਜੇ ਗੁਰੂ ਹਰ ਰਾਏ ਜੀ, ਫਿਰ ਪਾਤਸ਼ਾਹੀ ਰਾਜੇ ਗੁਰੂ ਹਰ ਰਾਏ ਜੀ। ਸੇਵਾ ਕੌਮ ਦੇ ਲਈ ਸੀ ਮਨ ਗੁਰਾਂ ਦੇ ਇਰਾਦੇ, ਕੌਮ ਦੇ ਲਈ ਸੀ ਮਨ ਗੁਰਾਂ ਦੇ ਇਰਾਦੇ, ਦੇ ਕੇ ਸਿਰ ਜਿਨਾ ਹਿੰਦ ਦਿਲ ਚਾਦਰ ਬੁਣੇ ਨੌਵੀਂ ਪਾਤਸ਼ਾਹੀ ਪਾਤਸ਼ਾਹੀ ਤੇਗ ਸੀ ਬਹਾਦਰ ਚੁਣੇ, ਪਾਤਸ਼ਾਹੀ ਤੇਗ ਸੀ ਬਹਾਦਰ ਚੁਣੇ, ਨੌਵੀਂ ਪਾਤਸ਼ਾਹੀ ਤੇਗ ਸੀ ਬਹਾਦਰ ਚੁਣੇ। Thank you.
ਪਾਤਸ਼ਾਹੀ ਰਾਜੇ ਗੁਰੂ ਗੋਬਿੰਦ ਪਿਆਰੇ, ਫਿਰ ਪਾਤਸ਼ਾਹੀ ਰਾਜੇ ਗੁਰੂ ਗੋਬਿੰਦ ਪਿਆਰੇ, ਪੱਤ ਖਾਲਸਾ ਸਜਾਗੇ ਬਾਰੇ ਅੱਖ ਦੇ ਸਿਤਾਰੇ, ਖਾਲਸਾ ਸਜਾਗੇ ਬਾਰੇ ਅੱਖ ਦੇ ਸਿਤਾਰੇ। ਦਸਾਂ ਗੁਰੂਆਂ ਦੇ ਗੁਰੂ ਚੌਧਦਾਰ ਹੁੰਦੇ ਨੇ ਗੁਰੂ ਗ੍ਰੰਥ ਜੀ, ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਹੁੰਦੇ ਨੇ, ਗ੍ਰੰਥ ਸਾਹਿਬ ਜੀ ਦੇ ਸਤਿਕਾਰ ਹੁੰਦੇ ਨੇ, ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਹੁੰਦੇ ਨੇ।